Z5 ਐਪ ਡਾਊਨਲੋਡ ਕਰੋ ਤੇ ਦੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਵਿਕਰਮ ਮਲਹੋਤਰਾ, ਤੂੰ ਇੱਥੇ? ਤੇਰੇ ਇੱਥੇ ਕੀ ਕੰਮ ਹੈ? ਕਿਉਂ, ਮੈਂ ਕਿਉਂ ਨਹੀਂ ਆ ਸਕਦਾ ਇੱਥੇ? ਪਹਿਲਾਂ ਵੀ ਤਾਂ ਤੇਰੇ ਕੰਮ ਲਈ ਆਇਆ ਨਾ, ਤੇ ਤੇਰੇ ਕਰਕੇ ਉਹ ਗੰਨ ਤੈਨੂੰ ਮੈਂ ਲਿਆ ਕੇ ਦਿੱਤੀ, ਸੋ ਦੈਟ ਤੂੰ ਡਰਾਮਾ ਖੇਡ ਸਕੇ ਕੱਲਿਆਂ ਦੀ ਦੀਨ ਤੇ ਇਲਜ਼ਾਮ ਲਗਾਉਣ ਦਾ। ਹੋਰ ਬਹੁਤ ਵਧੀਆ ਐਕਟਰ ਬਣਦੀ ਹੈ ਨਾ ਤੂੰ, ਯੂਜ਼ ਕਰਕੇ ਬਾਅਦ ਚੋਂ ਕਹਿੰਦੀ ਕੀ ਕੰਮ ਹੈ ਤੇਰਾ? ਵਿਕਰਮ, ਤਮੀਜ਼ ਨਾਲ ਗੱਲ ਕਰ। ਤਮੀਜ਼ ਨਾਲ ਮੈਂ ਨਹੀਂ, ਤਮੀਜ਼ ਨਾਲ ਤੂੰ ਗੱਲ ਕਰ। ਜੇ ਤੂੰ ਮੇਰੀ ਫੈਮਿਲੀ ਦੇ ਉੱਪਰ ਦੁਬਾਰਾ ਅੱਖ ਇਹਨਾਂ ਨੂੰ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਨਾ, ਤਾਂ ਮੈਂ ਤੈਨੂੰ ਬਰਬਾਦ ਕਰਕੇ ਰੱਖ ਦਾਂਗਾ। ਵਾਹ, ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਵਿਕਰਮ ਮਲਹੋਤਰਾ ਆਪਣੀ ਵਾਈਫ ਨੂੰ ਇੰਨਾ ਪਿਆਰ ਕਰਦਾ। ਇੱਕ ਉਹ ਸੌਰਵ ਹੈ ਜਿਹੜਾ ਆਪਣੀ ਵਾਈਫ ਨੂੰ ਸੱਚਾ ਪਿਆਰ ਕਰਨ ਦਾ ਦਾਅਵਾ ਕਰਦਾ ਸੀ। ਅੱਜ ਕੱਲ੍ਹ ਉਹ ਮੇਰੇ ਅੱਗੇ ਪਿੱਛੇ ਘੁੰਮ ਰਿਹਾ, ਸੋ ਤੇਰੇ ਵਰਗੀ ਸੱਚਾ ਪਿਆਰ ਕਰਨ ਵਾਲੇ ਮੈਂ ਬਹੁਤ ਦੇਖੇ ਨੇ। ਹੁਣ ਚੱਲ ਜਾ ਇੱਥੋਂ ਚੁੱਪਚਾਪ, ਅਨ ਮੇਰੇ ਨਾਲ ਬਦਤਮੀਜ਼ੀ ਨਾ ਕਰੀ। ਕਿਉਂ ਜਾਵਾਂ ਮੈਂ? ਤੂੰ ਮੇਹਰ ਨੂੰ ਧਮਕੀ ਦਿੱਤੀ ਹੈ ਨਾ, ਬਹੁਤ ਗੇਮਸ ਖੇਲਦੀ ਹੈ ਨਾ, ਯਾਦ ਰੱਖੀ ਮੇਰੇ ਨਾਲ ਗੇਮ ਖੇਲਣ ਦੀ ਕੋਸ਼ਿਸ਼ ਨਾ ਕਰੀ। ਮੈਨੂੰ ਪਤਾ ਤੂੰ ਕਬੀਰ ਨੂੰ ਵੀ ਆਪਣੇ ਪਲਾਨ 'ਚ ਫਸਾਇਆ, ਤੇ ਹੁਣ ਤੂੰ ਮੇਹਰ ਤੇ ਮੇਰੀ ਫੈਮਿਲੀ ਉੱਪਰ ਅੱਖ ਰੱਖ ਰਹੀ ਹੈ। ਆਖਿਰ ਤੂੰ ਮਲਹੋਤਰਾ ਉਸਦੀ ਫੈਮਿਲੀ ਦੇ ਪਿੱਛੇ ਕਿਉਂ ਪਈ ਹੋਈ ਹੈ? ਵਾਹ, ਆਖਿਰਕਾਰ ਤੂੰ ਮੰਨ ਲਿਆ ਕਿ ਕਬੀਰ ਮਲਹੋਤਰਾ ਵੀ ਮਲਹੋਤਰਾ ਫੈਮਿਲੀ ਦਾ ਮੈਂਬਰ। ਇਟ ਮੀਨਸ ਤੂੰ ਇਹ ਵੀ ਮੰਨ ਲਿਆ ਕਿ ਉਰਮਿਲਾ ਮਲਹੋਤਰਾ ਤੇਰੀ ਸੌਤੇਲੀ ਮਾਂ ਹੈ। ਗ੍ਰੇਸੀ, ਵਿਕਰਮ, ਮੈਨੂੰ ਇਹਨਾਂ ਈਜ਼ੀ ਲੈਣ ਦੀ ਲੋੜ ਨਹੀਂ ਹੈ। ਮੈਂ ਉਹ ਹਥਿਆਰ ਹਾਂ ਜਿਹੜਾ ਇੱਕ ਅੱਖ ਦੇ ਇਸ਼ਾਰੇ ਨਾਲ ਤੈਨੂੰ ਤੇ ਤੇਰੇ ਪੂਰੇ ਖਾਨਦਾਨ ਨੂੰ ਬਰਬਾਦ ਕਰ ਸਕਦੀ ਹਾਂ। ਐਂਡ ਹਾਂ, ਮੇਰੇ ਕੋਲ ਵਿਸ਼ਾਲ ਦੇ ਚੁਰਾਏ ਹੋਏ ਐਵੀਡੈਂਸ ਪਾਏ ਹੋਏ, ਸੋ ਮੇਰੇ ਨਾਲ ਹਿਸਾਬ ਨਾਲ ਗੱਲ ਕਰੀ ਹੁਣ। ਮੇਰੇ ਕੋਲ ਇੰਨੀ ਪਾਵਰ ਆ ਚੁੱਕੀ ਕਿ ਮੈਂ ਤੈਨੂੰ ਤੇ ਮਹਿਰ ਨੂੰ ਫਸਾ ਸਕਦੀ। ਕਿੱਥੇ ਲੁਕੇਗਾ ਵਿਕਰਮ? ਚਲੇ ਡੀਲ ਕਰਦੇ ਹਾਂ ਆਪਾਂ। ਕਿਹੜੀ ਡੀਲ? ਮੈਂ ਤੇਰੀ ਕੰਪਨੀ ਦੇ ਸ਼ੇਅਰਸ ਖਰੀਦਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੈਂ ਤੇਰੀ ਕੰਪਨੀ ਦੀ ਡਾਇਰੈਕਟਰ ਬਣ। ਕੀ? ਸਾਡੀ ਕੰਪਨੀ ਦੇ ਸ਼ੇਅਰਸ? ਯੈਸ, ਮੈਂ ਉਸ ਕਲਿਆਣੀ ਮਲਹੋਤਰਾ ਨੂੰ ਦਿਨ 'ਚ ਤਾਰੇ ਦਿਖਾਉਣਾ ਚਾਹੁੰਦੀ ਹਾਂ। ਛਾ, ਤੂੰ ਰਹਿਣ ਦੇ, ਤੈਨੂੰ ਪਤਾ ਉਹ ਕਲਿਆਣੀ ਮਲਹੋਤਰਾ, ਤੂੰ ਉਹਦੇ ਅੱਗੇ ਇੱਕ ਮਿੰਟ ਵੀ ਨਹੀਂ ਖੜੀ ਹੋ ਸਕਦੀ। ਸ਼ਟ ਅਪ ਵਿਕਰਮ, ਜੇ ਇੱਕ ਹੋਰ ਸ਼ਬਦ ਬੋਲਿਆ ਨਾ। ਕਿਹਨੂੰ ਫੋਨ ਕਰ ਰਹੀ ਹੈ ਤੂੰ? ਐਸਸੀਐਫ ਡਿਪਾਰਟਮੈਂਟ ਨੂੰ। ਐਸਸੀਐਫ ਨੂੰ ਕਿਉਂ ਫੋਨ ਕਰ ਰਹੀ ਹੈ ਤੂੰ? ਤੈਨੂੰ ਪਤਾ ਨਾ, ਜੇ ਤੇਰੇ ਐਵੀਡੈਂਸ ਐਸਸੀਐਫ ਡਿਪਾਰਟਮੈਂਟ ਜਾਣਗੇ ਤਾਂ ਅਗਲੀ ਕੋਰਟ ਦੀ ਹੇਅਰਿੰਗ ਵਿੱਚ ਤੂੰ ਜੇਲ੍ਹ ਜਾਏਗਾ। ਐਂਡ ਮੇਰੇ ਹਿਸਾਬ ਨਾਲ ਘੱਟੋ ਘੱਟ 10 ਸਾਲ ਦੀ ਜੇਲ੍ਹ ਤਾਂ ਪੱਕੀ ਹੈ ਤੈਨੂੰ। ਚਾਹੁੰਦੀ ਕੀ ਹੈ ਤੂੰ? ਮੈਨੂੰ ਕਿਉਂ ਤੰਗ ਕਰ ਰਹੀ ਹੈ ਗ੍ਰੇਸੀ? ਨਾਈਸ, ਹੁਣ ਤੂੰ ਚੱਜ ਦਾ ਸਵਾਲ ਕੀਤਾ। ਮੈਂ ਕਲਿਆਣੀ ਮਲਹੋਤਰਾ ਦੀ ਕੰਪਨੀ ਦੇ ਸ਼ੇਅਰਸ ਖਰੀਦਣਾ ਚਾਹੁੰਦੀ ਹਾਂ। ਮੈਂ ਆਪਣਾ ਨਾਮ ਤਾਂ ਨਹੀਂ ਦੱਸਾਂਗੀ, ਪਰ ਉਹਦੀ ਕੰਪਨੀ 'ਚ ਮੈਂ ਆਪਣਾ ਹੋਲਡ ਬਣਾਉਣਾ ਚਾਹੁੰਦੀ। ਬਟ ਮੈਨੂੰ ਕੋਈ ਸ਼ੇਅਰ ਦੀ ਨੌਲੇਜ ਨਹੀਂ ਹੈ। ਤੂੰ ਫਿਕਰ ਨਾ ਕਰ, ਮੈਂ ਤੈਨੂੰ ਜੋ ਕਹਾਂਗੀ ਤੈਨੂੰ ਉਹੀ ਕਰਨਾ ਪਏਗਾ, ਬਸ ਫਿਰ ਮੇਰਾ ਕੰਮ ਹੋ ਜਾਏਗਾ। ਪਰ ਜੇ ਤੂੰ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਨਾ, ਫਿਰ ਆਪਣੇ ਆਪ ਐਸਸੀਐਫ ਡਿਪਾਰਟਮੈਂਟ ਤੇਰੇ ਐਵੀਡੈਂਸ ਪਹੁੰਚ ਜਾਏਗੇ ਐਂਡ ਤੂੰ ਜਾਏਗਾ ਜੇਲ੍ਹ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।